Hello and welcome to all of you on our YouTube channel that is Balaji Education Point. Today we discuss the topic of Gallantry Awards that were announced by our respectable President Ramnath Kovind on the eve of 74th Independence Day. We know that last 15th August, 15 August, our 74th Independence Day was celebrated. 74वां इंडिपेंडेंस डे मनाया गया है 15 अगस्त 2020 ਨੂੰ ਤੇ ਇਸ ਆਜ਼ਾਦੀ ਦਿਵਸ ਦੇ ਉੱਤੇ ਇਸ ਇੰਡੀਪੈਂਡੈਂਸ ਡੇ ਦੇ ਉੱਤੇ ਆਪਣੇ ਰਿਸਪੈਕਟੇਬਲ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਜੀ ਨੇ 84 ਗਲੈਂਟਰੀ ਅਵਾਰਡਸ ਨੂੰ ਅਨਾਉਂਸ ਕੀਤਾ ਹੈ ਠੀਕ ਹੈ ਇਨ ਦਾ ਫੀਲਡ ਆਫ ਇੰਡੀਅਨ ਆਰਮੀ ਇੰਡੀਅਨ 에ਅਰ ਫੋਰਸ ਠੀਕ ਹੈ ਜੋ ਵੀ ਆਪਣੀ ਆਰਮਡ ਫੋਰਸਿਸ ਨੇ ਉਸ ਦੇ ਵਿੱਚ ਇਹ ਦਿੱਤਾ ਜਾਊਗਾ ਇਹਨਾਂ ਸਭ ਨੂੰ ਆਪਾਂ ਨੇ ਕਰੰਟ ਦੇ ਨਾਲ ਰਿਲੇਟ ਕਰਕੇ ਪੜ੍ਹਨਾ ਹੈ ਠੀਕ ਹੈ ਜੀ ਤੇ ਇਹ ਇੱਕ ਕਰੰਟ ਦਾ ਟੌਪਿਕ ਹੈ ਜਿਸ ਨੂੰ ਆਪਾਂ ਫੁੱਲ ਆਨ ਡਿਟੇਲ ਵਿੱਚ ਪੜਾਂਗੇ ਤੇ ਇਸ ਕਰੰਟ ਦੇ ਟੌਪਿਕ ਨੂੰ ਆਪਾਂ ਸਟੈਟਿਕ ਜੀਕੇ ਦੇ ਨਾਲ ਰਿਲੇਟ ਕਰਕੇ ਪੜਾਂਗੇ ਠੀਕ ਹੈ ਜੀ ਸਟੈਟਿਕ ਜੀਕੇ ਦੇ ਨਾਲ ਰਿਲੇਟ ਕਰਕੇ ਪੜਾਂਗੇ ਬਿਫੋਰ ਸਟਾਰਟਿੰਗ ਆਵਰ ਲੈਕਚਰ ਆਈ ਇੰਟਰੋਡਿਊਸ ਮਾਈਸੈਲਫ ਬਲਰਾਜ ਸੋਮਲ ਐਂਡ ਦਿਸ ਲੈਕਚਰ ਇਜ਼ ਰਿਪ੍ਰੈਜ਼ੈਂਟਡ ਬਾਈ ਮੀ ਇਸ ਤੋਂ ਇਲਾਵਾ ਅਗਰ ਤੁਸੀਂ ਸਾਡੇ ਕਿਸੇ ਵੀ ਲੈਕਚਰ ਦੀ ਪੀਡੀਐਫ ਠੀਕ ਹੈ ਵਰਕਸ਼ੀਟ ਜਾਂ ਐਮਸੀਕਿਊਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਦੈਟ ਇਜ਼ ਬਾਲਾਜੀ ਐਜੂਕੇਸ਼ਨ ਪੁਆਇੰਟ ਇਸ ਨੂੰ ਜੁਆਇਨ ਕਰ ਸਕਦੇ ਹੋ ਐਂਡ ਇਟ ਇਜ਼ ਆਵਰ ਅਫੀਸ਼ੀਅਲ ਲੋਗੋ ਠੀਕ ਹੈ ਜਿਸ ਗਰੁੱਪ ਦਾ ਤੁਹਾਨੂੰ ਇਹ ਅਫੀਸ਼ੀਅਲ ਲੋਗੋ ਮਿਲੇਗਾ ਔਰੇਂਜ ਕਲਰ ਦਾ ਤੁਸੀਂ ਉਸ ਗਰੁੱਪ ਨੂੰ ਹੀ ਜੁਆਇਨ ਕਰਨਾ ਹੈ ਤੇ ਇਹ ਸਾਡੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ ਜੋ ਕਿ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ ਤੇ 2020 ਨੂੰ 15 ਅਗਸਤ 2020 ਨੂੰ ਆਪਣਾ 74th ਠੀਕ ਹੈ ਇੰਡੀਪੈਂਡੈਂਸ ਡੇ ਮਨਾਇਆ ਗਿਆ 74ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਹੈ 15 ਅਗਸਤ 2020 ਨੂੰ ਤੇ ਇਸ ਆਜ਼ਾਦੀ ਦਿਵਸ ਉੱਤੇ ਆਪਣੇ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਜੀ ਨੇ ਠੀਕ ਹੈ ਰਾਮਨਾਥ ਕੋਵਿੰਦ ਜੀ ਨੇ 84 ਜੋ ਨੇ ਗਲੈਂਟਰੀ ਅਵਾਰਡਸ ਉਹਨਾਂ ਨੂੰ ਅਨਾਉਂਸ ਕੀਤਾ ਹੈ ਠੀਕ 84 ਗਲੈਂਟਰੀ ਅਵਾਰਡਸ ਨੂੰ ਅਨਾਉਂਸ ਕੀਤਾ ਹੈ ਇਹ ਗਲੈਂਟਰੀ ਅਵਾਰਡ ਕਿਹੜੇ ਨੇ ਗਲੈਂਟਰੀ ਅਵਾਰਡਸ ਨੂੰ ਬਰੇਵਰੀ ਅਵਾਰਡਸ ਵੀ ਕਿਹਾ ਜਾਂਦਾ ਹੈ ਠੀਕ ਹੈ ਜੋ ਕਿ ਬਹਾਦਰੀ ਦੇ ਲਈ ਮਿਲਦਾ ਹੈ ਜੋ ਬਹਾਦਰੀ ਆਪਣੇ ਇੰਡੀਅਨ ਆਰਮੀ ਇੰਡੀਅਨ 에ਅਰ ਫੋਰਸ ਇੰਡੀਅਨ ਨੇਵੀ ਦੇ ਤੇ ਉਸ ਦੇ ਨਾਲ ਰਿਲੇਟਡ ਜੋ ਵੀ ਇਹ ਆਪਣੀਆਂ ਇੰਡੀਅਨ ਆਰਮਡ ਫੋਰਸਿਸ ਨੇ ਉਹਨਾਂ ਦੇ ਠੀਕ ਹੈ ਜੀ ਵਿੱਚ ਕੰਮ ਜੋ ਆਪਣੇ ਦੇਸ਼ ਦੇ ਲਈ ਕਦਾ ਕੰਮ ਕਰਦੇ ਨੇ ਠੀਕ ਹੈ ਜੀ ਉਹਨਾਂ ਸੈਨਿਕਾਂ ਵੱਲੋਂ ਦਿਖਾਈ ਗਈ ਬਹਾਦਰੀ ਦੇ ਲਈ ਉਹਨਾਂ ਨੂੰ ਦਿੱਤਾ ਜਾਂਦਾ ਹੈ ਆਪਾਂ ਜਾਣਦੇ ਹਾਂ ਕਿ 74th ਜੋ ਇੰਡੀਪੈਂਡੈਂਸ ਡੇ ਮਨਾਇਆ ਗਿਆ ਹੈ 15 ਅਗਸਤ 2020 ਨੂੰ ਠੀਕ ਹੈ ਤੇ ਇਸ ਇੰਡੀਪੈਂਡੈਂਸ ਡੇ ਤੱਕ ਟੋਟਲ ਆਪਣੇ 14 ਪ੍ਰਾਈਮ ਮਿਨਿਸਟਰਸ ਨੇ ਜਿਨ੍ਹਾਂ ਨੇ ਆਪਣੇ ਰੈੱਡ ਫੋਰਟ ਦੇ ਉੱਪਰ ਠੀਕ ਹੈ ਲਾਲ ਕਿਲੇ ਦੇ ਉੱਪਰ ਆਪਣਾ ਨੈਸ਼ਨਲ ਫਲੈਗ ਟ੍ਰਾਈ ਕਲਰ ਫਲੈਗ ਉਸ ਨੂੰ ਲਹਿਰਾਇਆ ਹੈ ਠੀਕ ਹੈ ਤੇ ਆਪਾਂ ਨੇ ਇਸ ਸਟੈਟਿਕ ਦੇ ਇਸ ਫੈਕਟ ਨੂੰ ਯਾਦ ਰੱਖਣਾ ਹੈ ਕਿ ਸਭ ਤੋਂ ਵੱਧ ਵਾਰ ਜੋ ਠੀਕ ਹੈ ਝੰਡਾ ਲਹਿਰਾਇਆ ਗਿਆ ਹੈ ਲਾਲ ਕਿਲੇ ਤੇ ਉਹ ਕਿਸ ਨੇ ਲਹਿਰਾਇਆ ਹੈ ਜਵਾਹਰ ਲਾਲ ਨਹਿਰੂ ਨੇ ਇਹ ਇਹਨਾਂ ਨੇ 17 ਵਾਰ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਸੀਗਾ ਜਵਾਹਰ ਲਾਲ ਨਹਿਰੂ ਜੀ ਨੇ ਠੀਕ ਹੈ ਦੂਸਰੇ ਨੰਬਰ ਤੇ ਆਉਂਦੀ ਹੈ ਇੰਦਰਾ ਗਾਂਧੀ ਇਹਨਾਂ ਨੇ 16 ਟਾਈਮ 16 ਵਾਰ ਫਿਰ ਆਉਂਦੇ ਨੇ ਮਨਮੋਹਨ ਸਿੰਘ ਇਹਨਾਂ ਨੇ 10 ਵਾਰ ਝੰਡਾ ਲਹਿਰਾਇਆ ਹੈ ਠੀਕ ਹੈ ਜੀ ਆਪਣੇ ਲਾਲ ਕਿਲੇ ਦੇ ਉੱਪਰ ਤੇ ਜੋ ਆਪਣੇ ਜੋ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਨੇ ਆਪਣੇ 14ਵੇਂ ਪ੍ਰਾਈਮ ਮਿਨਿਸਟਰ ਨੇ 14th ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਇਹਨਾਂ ਨੇ ਜੋ ਇਸ ਟਾਈਮ ਜੋ 15 ਅਗਸਤ 2020 ਦੇ ਵਿੱਚ ਠੀਕ ਹੈ ਝੰਡਾ ਲਹਿਰਾਇਆ ਹੈ ਇਸ ਦੇ ਨਾਲ ਇਹ 4th ਪ੍ਰਾਈਮ ਮਿਨਿਸਟਰ ਬਣ ਗਏ ਨੇ ਜਿਨ੍ਹਾਂ ਨੇ 7ਵੀਂ ਵਾਰ ਠੀਕ ਹੈ ਝੰਡਾ ਲਹਿਰਾਇਆ ਹੈ ਲਾਲ ਕਿਲੇ ਦੇ ਉੱਪਰ ਠੀਕ ਹੈ ਆਪਾਂ ਇਹ ਯਾਦ ਰੱਖਣਾ ਇਸ ਤੋਂ ਇਲਾਵਾ ਦੋ ਪੀਐਮਸੀ ਦੋ ਪ੍ਰਾਈਮ ਮਿਨਿਸਟਰ ਸੀਗੇ ਜਿਨ੍ਹਾਂ ਨੂੰ ਝੰਡਾ ਲਹਿਰਾਉਣ ਦਾ ਚਾਂਸ ਨਹੀਂ ਮਿਲਿਆ ਉਹ ਕਿਹੜੇ ਕਿਹੜੇ ਸੀਗੇ ਗੁਲਜ਼ਾਰੀ ਲਾਲ ਨੰਦਾ ਤੇ ਚੰਦਰ ਸ਼ੇਖਰ ਇਹ ਦੋ ਪ੍ਰਾਈਮ ਠੀਕ ਹੈ ਆਪਣੇ ਪ੍ਰਾਈਮ ਮਿਨਿਸਟਰ ਸੀਗੇ ਜਿਨ੍ਹਾਂ ਨੇ ਕਦੇ ਵੀ ਲਾਲ ਕਿਲੇ ਦੇ ਉੱਪਰ ਝੰਡਾ ਨਹੀਂ ਲਹਿਰਾਇਆ ਇਹ ਸਟੈਟਿਕ ਦਾ ਤੁਸੀਂ ਫੈਕਟ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਜੋ ਇਸ ਇੰਡੀਪੈਂਡੈਂਸ ਡੇ ਉੱਤੇ ਨਰਿੰਦਰ ਮੋਦੀ ਜੀ ਨੇ ਇੱਕ ਰਿਕਾਰਡ ਬਣਾਇਆ ਹੈ ਸਭ ਤੋਂ ਲੰਬੀ ਸਪੀਚ ਦੇਣ ਦਾ ਵੈਸੇ ਇਹਨਾਂ ਦਾ ਰਿਕਾਰਡ ਹੈ 2016 ਦੇ ਵਿੱਚ ਇਹਨਾਂ ਨੇ 94 ਮਿੰਟਸ ਦੀ ਸਭ ਲੰਬੀ ਸਪੀਚ ਦਿੱਤੀ ਸੀ ਤੇ ਅੱਜ ਤੱਕ ਦੇ ਸਭ ਤੋਂ ਜ਼ਿਆਦਾ ਲੰਬੀ ਸਪੀਚ ਦੇਣ ਵਾਲੇ ਇਹ ਪ੍ਰਾਈਮ ਮਿਨਿਸਟਰ ਨੇ ਠੀਕ ਹੈ ਤੇ 2020 ਵਿੱਚ ਜੋ ਇਹਨਾਂ ਨੇ ਸਪੀਚ ਦਿੱਤੀ ਸੀ ਉਹ 90 ਮਿੰਟ ਦੀ ਹੈ ਠੀਕ ਹੈ 90 ਮਿੰਟ ਦੀ ਸਪੀਚ ਦਿੱਤੀ ਹੈ 2020 ਦੇ ਵਿੱਚ ਜੋ ਆਪਣੇ 15 ਅਗਸਤ ਨੂੰ ਆਪਣਾ 74ਵਾਂ ਇੰਡੀਪੈਂਡੈਂਸ ਡੇ ਮਨਾਇਆ ਹੈ ਉਸ ਦੇ ਵਿੱਚ ਤੇ ਆਪਾਂ ਨੇ ਯਾਦ ਰੱਖਣਾ ਹੈ ਕਿ ਨਰਿੰਦਰ ਮੋਦੀ ਜੀ ਨੇ ਕਿੰਨੇ ਮਿੰਟ ਦੀ ਸਪੀਚ ਦਿੱਤੀ ਹੈ 19 ਮਿੰਟ ਦੀ ਠੀਕ ਹੈ 90 ਮਿੰਟ ਦੀ ਸਪੀਚ ਦਿੱਤੀ ਹੈ ਤੇ ਤੇ ਕਈ ਵਾਰ ਕੁਐਸਚਨ ਆ ਜਾਂਦੇ ਕਿ ਨਰਿੰਦਰ ਮੋਦੀ ਆਪਣੇ ਕਿੰਨਵੇਂ ਪ੍ਰਾਈਮ ਮਿਨਿਸਟਰ ਨੇ ਤਾਂ ਇਹ ਆਪਣੇ 14ਵੇਂ ਪ੍ਰਾਈਮ ਮਿਨਿਸਟਰ ਨੇ ਠੀਕ ਹੈ ਨਰਿੰਦਰ ਮੋਦੀ ਆਪਣੇ 14ਵੇਂ ਪ੍ਰਾਈਮ ਮਿਨਿਸਟਰ ਨੇ ਤੇ ਜੋ ਮਨਮੋਹਨ ਸਿੰਘ ਸੀਗੇ ਮਨਮੋਹਨ ਸਿੰਘ ਆਪਣੇ 13ਵੇਂ ਪ੍ਰਾਈਮ ਮਿਨਿਸਟਰ ਸੀਗੇ ਤੇ ਅਟਲ ਬਿਹਾਰੀ ਵਾਜਪੇਈ ਜੀ ਆਪਣੇ 10ਵੇਂ ਪ੍ਰਾਈਮ ਮਿਨਿਸਟਰ ਸੀਗੇ
ਠੀਕ ਹੈ 10th ਪ੍ਰਾਈਮ ਮਿਨਿਸਟਰ ਸੀ, ਆਪਾਂ ਨੇ ਯਾਦ ਰੱਖਣਾ ਹੈ। ਠੀਕ ਹੈ ਜੀ, ਇਸ ਨੂੰ ਘੋਲ ਕੇ ਪੀ ਲਓ ਕਿ 14th ਪ੍ਰਾਈਮ ਮਿਨਿਸਟਰ ਕੌਣ ਹੈ? ਨਰਿੰਦਰ ਮੋਦੀ, 13ਵੇਂ ਮਨਮੋਹਨ ਸਿੰਘ ਤੇ 10ਵੇਂ ਅਟਲ ਬਿਹਾਰੀ ਵਾਜਪੇਈ। ਇਸ ਦੇ ਨਾਲ ਹੀ ਕਈ ਵਾਰ ਪੁੱਛ ਲੈਂਦੇ ਨੇ ਕਿ ਆਪਣੇ ਪ੍ਰੈਜ਼ੀਡੈਂਟ ਕਿੰਨਵੇਂ ਨੇ? ਰਾਮਨਾਥ ਕੋਵਿੰਦ ਜੀ ਆਪਣੇ 14th ਠੀਕ ਹੈ ਜੀ ਪ੍ਰੈਜ਼ੀਡੈਂਟ ਨੇ, ਰਾਸ਼ਟਰਪਤੀ ਨੇ। ਤੇ ਜੋ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਐਮ ਵੈਂਕਿਆ ਨਾਇਡੂ, ਉਹ ਆਪਣੇ 13ਵੇਂ ਠੀਕ ਹੈ ਜੀ ਉਪ ਰਾਸ਼ਟਰਪਤੀ ਨੇ। ਠੀਕ ਹੈ, ਵਾਈਸ ਪ੍ਰੈਜ਼ੀਡੈਂਟ ਕਿੰਨਵੇਂ ਨੇ? 13ਵੇਂ, ਐਮ ਵੈਂਕਿਆ ਨਾਇਡੂ, ਤੇ ਰਾਮਨਾਥ ਕੋਵਿੰਦ ਆਪਣੇ 14ਵੇਂ ਪ੍ਰੈਜ਼ੀਡੈਂਟ ਨੇ ਇੰਡੀਆ ਦੇ। ਇਹ ਆਪਾਂ ਨੇ ਯਾਦ ਰੱਖਣਾ ਹੈ। ਦੇਖੋ ਆਪਣੇ ਜੋ ਇੰਡੀਆ ਦੇ ਵਿੱਚ ਦਿੱਤੇ ਜਾਂਦੇ ਨੇ ਗਲੈਂਡਰੀ ਅਵਾਰਡ, ਉਹ ਮੇਨਲੀ 6 ਟਾਈਪ ਨੇ। ਜੋ ਸਭ ਤੋਂ ਹਾਈ ਲੈਵਲ ਤੇ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ ਪਰਮਵੀਰ ਚੱਕਰ, ਦੈਨ ਮਹਾਵੀਰ ਚੱਕਰ, ਦੈਨ ਵੀਰ ਚੱਕਰ। ਔਰ ਇਹ ਤਿੰਨੇ ਜੋ ਅਵਾਰਡਸ ਨੇ ਠੀਕ ਹੈ, ਪਰਮਵੀਰ ਚੱਕਰ, ਮਹਾਵੀਰ ਚੱਕਰ ਤੇ ਵੀਰ ਚੱਕਰ, ਇਹ ਦਿੱਤੇ ਜਾਂਦੇ ਨੇ ਐਟ ਦਾ ਟਾਈਮ ਆਫ ਵਾਰ। ਠੀਕ ਹੈ, ਐਟ ਦਾ ਟਾਈਮ ਆਫ ਵਾਰ, ਜਿਸ ਵਕਤ ਲੜਾਈ ਲੱਗੀ ਹੋਵੇ ਠੀਕ ਹੈ, ਲੜਾਈ ਤੋਂ ਬਾਅਦ ਜੋ ਲੜਾਈ ਵਿੱਚ ਸ਼ਹੀਦ ਹੁੰਦੇ ਨੇ ਉਹਨਾਂ ਸੈਨਿਕਾਂ ਨੂੰ ਇਹ ਅਵਾਰਡਸ ਦਿੱਤੇ ਜਾਂਦੇ ਨੇ। ਤੇ ਇਸੇ ਇਹਨਾਂ ਦੇ ਵਾਂਗੂ ਸੇਮ ਨੇਗੇ ਇਹ ਅਸ਼ੋਕ ਚੱਕਰ, ਕੀਰਤੀ ਚੱਕਰ ਐਂਡ ਸ਼ੌਰਿਆ ਚੱਕਰ, ਬਟ ਇਹ ਦਿੱਤੇ ਜਾਂਦੇ ਨੇ ਐਟ ਦਾ ਟਾਈਮ ਆਫ ਠੀਕ ਹੈ ਜੀ ਪੀਸ, ਐਟ ਦਾ ਟਾਈਮ ਆਫ ਪੀਸ, ਜਿਸ ਵਕਤ ਸ਼ਾਂਤੀ ਹੋਵੇ ਬਟ ਫਿਰ ਵੀ ਬਾਰਡਰ ਉੱਤੇ ਕਿਸੇ ਦੂਸਰੇ ਦੇਸ਼ ਜਾਂ ਅੱਤਵਾਦੀਆਂ ਨਾਲ, ਟੈਰਰਿਸਟ ਦੇ ਨਾਲ ਕੋਈ ਮੁੱਠਭੇੜ ਹੋ ਜਾਏ, ਉਸ ਵਿੱਚ ਆਪਣੇ ਕੋਈ ਸੈਨਿਕ ਮਾਰੇ ਜਾਣ ਠੀਕ ਹੈ ਜੀ, ਸ਼ਹੀਦ ਹੋ ਜਾਣ ਜਾਂ ਫਿਰ ਜ਼ਖਮੀ ਹੋ ਜਾਣ, ਉਹਨਾਂ ਸੈਨਿਕਾਂ ਨੂੰ ਇਹ ਅਵਾਰਡ ਦਿੱਤੇ ਜਾਂਦੇ ਨੇ। ਠੀਕ ਹੈ, ਅਸ਼ੋਕ ਚੱਕਰ, ਕੀਰਤੀ ਚੱਕਰ, ਸ਼ੌਰਿਆ ਚੱਕਰ। ਤਾਂ ਆਪਣੇ ਯਾਦ ਰੱਖਣਾ ਕਿ ਐਟ ਦਾ ਟਾਈਮ ਆਫ ਵਾਰ ਲੜਾਈ ਦੇ ਟਾਈਮ ਕਿਹੜੇ ਦਿੱਤੇ ਜਾਂਦੇ ਨੇ? ਪਰਮਵੀਰ ਚੱਕਰ, ਮਹਾਵੀਰ ਚੱਕਰ ਤੇ ਵੀਰ ਚੱਕਰ, ਐਂਡ ਐਟ ਦਾ ਟਾਈਮ ਆਫ ਪੀਸ ਅਸ਼ੋਕ ਚੱਕਰ, ਕੀਰਤੀ ਚੱਕਰ ਐਂਡ ਸ਼ੌਰਿਆ ਚੱਕਰ। ਦੇਖੋ ਹੁਣ ਕੁਝ ਸਟ੍ਰੈਟਜੀ ਦਾ ਜੋ ਆਪਣੇ ਠੀਕ ਹੈ ਫੈਕਟਸ ਨੇ ਉਹ ਆਪਾਂ ਇਸ ਵਿੱਚ ਕਵਰ ਕਰ ਲਾਂਗੇ। ਦੇਖੋ ਇਸ ਤੋਂ ਇਲਾਵਾ ਮੇਰੀ ਇੱਕ ਵੀਡੀਓ ਹੈ ਅਵਾਰਡਸ ਐਂਡ ਓਨਰਸ ਦੇ ਉੱਤੇ, ਉਸਦਾ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਵੇਗਾ। ਉਸ ਵਿੱਚ ਆਪਾਂ ਨੇ ਇੰਟਰਨੈਸ਼ਨਲ ਅਵਾਰਡਸ ਤੋਂ ਲੈ ਕੇ ਇੰਡੀਆ ਦੇ ਜੋ ਨੈਸ਼ਨਲ ਅਵਾਰਡਸ ਨੇ ਉਹ ਸਾਰੇ ਅਵਾਰਡਸ ਕਵਰ ਕੀਤੇ ਨੇਗੇ, ਉਹ ਤੁਸੀਂ ਵੀਡੀਓ ਦੇਖ ਸਕਦੇ ਹੋ। ਠੀਕ ਹੈ ਜੀ, ਤਾਂ ਜੋ ਸਭ ਤੋਂ ਹਾਈਐਸਟ ਠੀਕ ਹੈ ਗਲੈਂਟਰੀ ਅਵਾਰਡ ਜਾਂ ਮਿਲਟਰੀ ਅਵਾਰਡ ਕਿਹਾ ਜਾਂਦਾ ਆਪਣੇ ਦੇਸ਼ ਦਾ ਮੰਨਿਆ ਜਾਂਦਾ ਹੈ, ਡੈਟ ਇਜ਼ ਪਰਮਵੀਰ ਚੱਕਰ। ਠੀਕ ਹੈ, ਪਰਮਵੀਰ ਚੱਕਰ, ਇੰਡੀਆਜ਼ ਹਾਈਐਸਟ ਮਿਲਟਰੀ ਅਵਾਰਡ। ਠੀਕ ਹੈ, ਤੇ ਇਟ ਹੈਜ਼ ਬੀਨ ਅਵਾਰਡਡ ਪੋਸਥੋਮਸਲੀ, ਮਤਲਬ ਕਿ ਮਰਨ ਉਪਰੰਤ ਜਦੋਂ ਠੀਕ ਹੈ ਆਪਣੇ ਸੈਨਿਕ ਦੀ ਡੈਥ ਹੋ ਜਾਂਦੀ ਹੈ, ਉਹ ਸ਼ਹੀਦ ਹੋ ਜਾਂਦਾ ਉਹਦੇ ਵਿੱਚ ਲੜਾਈ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਵਾਈਫ ਨੂੰ ਇਹ ਅਵਾਰਡ ਠੀਕ ਹੈ ਦਿੱਤਾ ਜਾਂਦਾ ਹੈ। ਤੇ ਕਈ ਵਾਰ ਮੈਨੂੰ ਕਈ ਕਮੈਂਟ ਆਉਂਦੇ ਨੇ ਕਿ ਸਰ ਇਹ ਕਿਸੇ ਜਿੰਦਾ ਨੂੰ ਵੀ ਦਿੱਤਾ ਗਿਆ, ਉਹ ਐਕਸੈਪਸ਼ਨ ਹੁੰਦੀਆਂ ਨੇ। ਠੀਕ ਹੈ, ਬਟ ਅਗਰ ਮੇਨਲੀ ਪੇਪਰ ਵਿੱਚ ਕੁਸ਼ਚਨ ਆਉਂਦਾ ਤਾਂ ਆਪਾਂ ਨੇ ਕੀ ਲਗਾ ਕੇ ਆਉਣਾ ਕਿ ਪਰਮਵੀਰ ਚੱਕਰ ਹਮੇਸ਼ਾ ਪੋਸਥੋਮਸਲੀ ਦਿੱਤਾ ਜਾਂਦਾ ਹੈ। ਠੀਕ ਹੈ, ਮਰਨ ਉਪਰੰਤ ਦਿੱਤਾ ਜਾਂਦਾ ਹੈ। ਤੇ ਇਹ ਜੋ ਅਵਾਰਡ ਸੀ ਇਹ ਸਟਾਰਟ ਹੋਇਆ ਸੀ 26 ਜਨਵਰੀ 1950 ਵਿੱਚ। ਠੀਕ ਹੈ, ਕਿਸ ਨੇ ਦਿੱਤਾ ਸੀ? ਆਪਣੇ ਪ੍ਰੈਜ਼ੀਡੈਂਟ ਆਫ ਇੰਡੀਆ। ਕਿਉਂ? ਕਿਉਂਕਿ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕੀ ਮੰਨਿਆ ਜਾਂਦਾ ਹੈ? ਸੁਪਰੀਮ ਕਮਾਂਡਰ ਆਫ ਠੀਕ ਹੈ ਆਰਮਡ ਫੋਰਸਿਸ। ਸੁਪਰੀਮ ਕਮਾਂਡਰ ਆਫ ਆਰਮਡ ਫੋਰਸਿਸ ਕਿਸ ਨੂੰ ਕਿਹਾ ਜਾਂਦਾ ਹੈ? ਆਪਣੇ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਆਰਮਡ ਫੋਰਸਿਸ। ਤਾਂ ਕਈ ਵਾਰ ਕੁਸ਼ਚਨ ਆ ਜਾਂਦਾ ਹੈ ਕਿ ਸੁਪਰੀਮ ਕਮਾਂਡਰ ਆਫ ਆਰਮਡ ਫੋਰਸਿਸ ਕਿਸ ਨੂੰ ਕਿਹਾ ਜਾਂਦਾ ਹੈ? ਆਪਣੇ ਪ੍ਰੈਜ਼ੀਡੈਂਟ ਨੂੰ ਕਿਹਾ ਜਾਂਦਾ ਹੈ। ਤਾਂ ਯਾਦ ਰੱਖਣਾ ਕਿ ਪਰਮਵੀਰ ਚੱਕਰ ਫਸਟ ਟਾਈਮ ਕਦੋਂ ਦਿੱਤਾ ਗਿਆ ਸੀਗਾ? 26 ਜਨਵਰੀ 1950 ਨੂੰ ਬਾਇਆ ਪ੍ਰੈਜ਼ੀਡੈਂਟ ਆਫ ਇੰਡੀਆ। ਉਸ ਵਕਤ ਕੌਣ ਸੀਗੇ ਪ੍ਰੈਜ਼ੀਡੈਂਟ ਆਪਣੇ ਇੰਡੀਆ ਦੇ? ਡਾਕਟਰ ਰਜਿੰਦਰ ਪ੍ਰਸਾਦ। ਠੀਕ ਹੈ, ਡਾਕਟਰ ਰਜਿੰਦਰ ਪ੍ਰਸਾਦ ਸੀਗੇ ਜਿਨ੍ਹਾਂ ਨੇ ਇਹ ਅਵਾਰਡ ਸਟਾਰਟ ਕੀਤਾ ਸੀਗਾ। ਠੀਕ ਹੈ, ਇਹ ਅਵਾਰਡ ਦਿੱਤਾ ਸੀਗਾ। ਦੇਖੋ ਇਹ ਅਵਾਰਡ ਜੋ ਪਹਿਲਾਂ ਬ੍ਰਿਟਿਸ਼ ਵਿੱਚ ਵੀ ਦਿੱਤਾ ਜਾਂਦਾ ਸੀ, ਬਟ ਇਸਦਾ ਨਾਮ ਹੋਰ ਸੀਗਾ। ਠੀਕ ਹੈ, ਇਹ ਮੈਂ ਫੁੱਲ ਔਨ ਡਿਟੇਲ ਤੁਹਾਨੂੰ ਮੇਰੀ ਉਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਜਿਸ ਵਿੱਚ ਆਪਣੇ ਸਾਰੇ ਅਵਾਰਡਸ ਕਵਰ ਕੀਤੇ ਨੇਗੇ। ਠੀਕ ਹੈ ਜੀ, ਤੇ ਦੇਖੋ ਇਹ ਮਿਲਟਰੀ ਅਵਾਰਡ ਸਭ ਤੋਂ ਹਾਈਐਸਟ ਹੈ, ਬਟ ਇਹ ਸੈਕਿੰਡ ਹਾਈਐਸਟ ਅਵਾਰਡ ਹੈ ਗਵਰਨਮੈਂਟ ਆਫ ਇੰਡੀਆ ਦਾ ਆਫਟਰ ਭਾਰਤ ਰਤਨ। ਅਗਰ ਆਪਾਂ ਭਾਰਤ ਰਤਨ ਜੋ ਸਿਵਿਲੀਅਨ ਅਵਾਰਡਸ ਨੇ, ਠੀਕ ਹੈ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ, ਇਹ ਸਾਰੇ ਸਿਵਿਲੀਅਨ ਅਵਾਰਡਸ ਨੇ। ਠੀਕ ਹੈ, ਸਿਵਿਲੀਅਨ ਅਵਾਰਡ ਜੋ ਸਿਵਿਲ ਜੋ ਆਪਣੇ ਸਿਟੀਜ਼ਨਸ ਨੂੰ ਦਿੱਤੇ ਜਾਂਦੇ ਨੇ, ਬਟ ਜੋ ਗਲੈਂਡਰੀ ਅਵਾਰਡਸ ਨੇ ਉਹ ਕਿਹੜੇ ਨੇ? ਪਰਮਵੀਰ ਚੱਕਰ। ਅਗਰ ਆਪਾਂ ਇਹਨਾਂ ਦੋਨੋਂ ਨੂੰ ਮਿਕਸਅਪ ਕਰਕੇ ਦੇਖੀਏ ਤਾਂ ਸਭ ਤੋਂ ਵੱਡਾ ਅਵਾਰਡ ਕਿਹੜਾ ਹੈ? ਭਾਰਤ ਰਤਨ, ਬਟ ਆਫਟਰ ਭਾਰਤ ਰਤਨ ਸਭ ਤੋਂ ਵੱਡਾ ਕਿਹੜਾ ਹੈ? ਪਰਮਵੀਰ ਚੱਕਰ ਹੈ। ਠੀਕ ਹੈ ਜੀ, ਤੇ ਇਹ ਕਿਸ ਨੂੰ ਰਿਪਲੇਸ ਕਰਕੇ ਦਿੱਤਾ ਹੈਗਾ? ਬ੍ਰਿਟਿਸ਼ ਜੋ ਆਪਣੇ ਤੇ ਰਾਜ ਕਰਦੇ ਸੀ ਉਸ ਵਕਤ ਇੱਕ ਠੀਕ ਹੈ ਜੀ ਵਿਕਟੋਰੀਆ ਕ੍ਰੋਸ ਦਿੱਤਾ ਜਾਂਦਾ ਸੀਗਾ, ਵਿਕਟੋਰੀਆ ਕ੍ਰੋਸ, ਇਸ ਨੂੰ ਹੀ ਰਿਪਲੇਸ ਕਰਕੇ ਕੀ ਬਣਾਇਆ ਗਿਆ ਹੈ? ਠੀਕ ਹੈ, ਪਰਮਵੀਰ ਚੱਕਰ ਬਣਾਇਆ ਗਿਆ ਹੈ। ਤੇ ਪਰਮਵੀਰ ਚੱਕਰ ਨੂੰ ਜੋ ਡਿਜ਼ਾਈਨ ਕੀਤਾ ਹੈ ਉਹ ਕਿਸਨੇ ਕੀਤਾ ਹੈ? ਸਾਵਿਤਰੀ ਖਲੋਨਕਰ ਨੇ। ਸਾਵਿਤਰੀ ਖਲੋਨਕਰ ਨੇ ਇਸ ਨੂੰ ਡਿਜ਼ਾਈਨ ਕੀਤਾ ਸੀ, ਇਹ ਆਪਣੇ ਯਾਦ ਰੱਖਣਾ ਹੈ। ਤੇ ਇੱਕ ਇਹ ਸਰਕੂਲਰ ਬ੍ਰੌਂਜ਼ ਡਿਸਕ ਹੁੰਦੀ ਹੈ ਜਿਸ ਉੱਤੇ ਸਟੇਟ ਐਂਬਲਮ ਸੈਂਟਰ ਦੇ ਵਿੱਚ ਹੁੰਦਾ ਹੈ। ਠੀਕ ਹੈ ਜੀ, ਤੇ ਇਸ ਦੇ ਚਾਰੋਂ ਤਰਫ ਇੰਦਰ ਦੀ ਜੋ ਵਜਰ ਹੈ, ਠੀਕ ਹੈ, ਇੰਦਰ ਦਾ ਜੋ ਵਜਰ ਹੈ ਉਸਨੂੰ ਰਿਪਟ ਨਹੀਂ ਬਣਾਇਆ ਗਿਆ ਹੈ। ਠੀਕ ਹੈ, ਉਸਨੂੰ ਉਸਦੇ ਉੱਪਰ ਬਣਾਇਆ ਗਿਆ ਹੈ ਜੋ ਆਪਣਾ ਬ੍ਰੌਂਜ਼ ਡਿਸਕ ਹੈ ਉਸਦੇ ਉੱਪਰ। ਇਹ ਕਿਉਂ ਬਣਾਇਆ ਗਿਆ ਇੰਦਰ ਦੇ ਵਜਰ? ਕਿਉਂਕਿ ਇਹ ਜੋ ਮੈਡਲ ਹੈ ਇਹ ਸਿੰਬੋਲਾਈਜ਼ ਕਰਦਾ ਹੈ ਰਿਸ਼ੀ ਡਡੇਜੀ ਨੂੰ।
ठीक है, ऋषि डडीचि ठीक सिंबलाइज करता है, ते जो इंद्र का वज्र है वह मिथोलॉजी विच मन्या जाता है, ठीक है जी, मिथिहास विच मन्या जाता है कि जो इंद्र का वज्र है वह ऋषि डडीचि के ही रिब्स तो बनाया गया सीगा, ठीक है जी। इसलिए यह जो मेडल है किसनों रिप्रेजेंट किया जाता है, ऋषि डडीचि अपना याद रखना है। तो इट गिवस एट द टाइम ऑफ वॉर, यह वॉर के टाइम दिता जाता है। तो फस्ट जो रिसिपियंट से जिन्होंने यह दिता गया से मेजर सोमनाथ शर्मा, मेजर सोमनाथ शर्मा को यह पहली बार दिता गया सी। ते जो लास्ट टाइम यह दिता गया है, दिता गया है कैप्टन विक्रम बत्रा नू, कैप्टन विक्रम बत्रा नू यह अवार्ड दिता गया है लास्ट टाइम, यह अपने याद रखना है। इस तो नैक्सट आता है महावीर चक्कर, ठीक है जी, महावीर चक्कर जो महावीर चक्कर है वह परमवीर चक्कर तो सैकेंड नंबर पर आता है। तो इट इज सैकेंड हाईएसट मिलटरी अवार्ड, सैकेंड हाईएसट मिलटरी अवार्ड कहड़ा है महावीर चक्कर। तो यह अवार्ड दिता जाता है पोस्थॉमसली, यह भी मरण उपरांत दिता जाता है। तो एट द टाइम ऑफ वॉर दिता जाता है, वॉर के टाइम यह अवार्ड दिता जाता है। तो परम महावीर चक्कर का मेन नाम की है, इसका मतलब की है, इसका मतलब है ग्रेट वॉरियर, महावीर का मतलब होता है महान योद्धा, ठीक है जी, ग्रेट वॉरियर, यह अपने याद रखना है। नैक्सट नैक्सट आता है वीर चक्कर, जो वीर चक्कर है यह अवार्ड है थर्ड नंबर पर आता है, ठीक है, फर्स्ट पे परमवीर चक्कर, फिर महावीर चक्कर, दैन वीर चक्कर, और यह थर्ड हाईएस्ट गलेंटरी अवार्ड है, यह भी एट द टाइम ऑफ वॉर दिता जाता है। यह हो गया जो वॉर टाइम दिते जाते हैं। हम एट द टाइम ऑफ पीस, जो पीस के टाइम दिते जाते हैं उन्हें अशोक चक्कर, कीर्ति चक्कर एंड शौर्य चक्कर, ठीक है, जो इस वक्त, ठीक है, इस टाइम जो अवार्ड है अपने 74th इंडिपेंडेंस डे उत्ते अनाउंस किए गए हैं, उस विच एक कीर्ति चक्कर अनाउंस किया गया है कि एक कीर्ति चक्कर दिता जाएगा, तो 9 शौर्य चक्कर अनाउंस किए गए हैं, जो कि 9 शौर्य चक्कर दिते जाएंगे, ठीक है। उस तो इलावा जो अशोक चक्कर है वो सिमिलर है परमवीर चक्कर दे, कीर्ति चक्कर है वो सिमिलर है महावीर चक्कर दे, ते जो शौर्य चक्कर है वो सिमिलर है वीर चक्कर दे, ते सारे एट द टाइम ऑफ पीस दिते जाते हैं। इस तो इलावा जो होर आर्मी अवार्ड ने वो किड़े किड़े ने, युद्ध सेवा मंडल, सेना मैडल एंड विशिष्ट सेवा मैडल, ये अवार्ड ने जो आर्मी के फील्ड के विच दिते जाते हैं, ठीक है जी, ये अपने याद रखना है सारा। नैक्सट हुण आता है जो अपने करंट दे लिए इंपोर्टेंट है, तो देखो ये है कि प्रेजिडेंट रामनाथ कोविंद Who is also the supreme commander of the armed forces has approved 84 awards and decoration to the armed forces personnel and members of the paramilitary forces। मतलब कि प्रेजिडेंट रामनाथ कोविंद ने जो अपनी 74th इंडिपेंडेंस डे उनकी ईव के उपर यानी कि 14 अगस्त नूं ऑन द ईव ऑफ इंडिपेंडेंस डे मतलब 14 अगस्त की शाम नूं, ठीक है, 84 अवार्ड्स ने जो गलेंटरी अवार्ड उन्होंने अनाउंस किया है, ठीक है, जो कि अपने आर्म्ड परसनल उन्होंने दिता जाएगा, तो या फिर जिन्होंने जिन्हें डैथ हो चुकी है उन्होंने फैमिली मैंबरस में दिता जाएगा। तो इस जो 84 अवार्ड्स ने उस कि अवार्ड अनाउंस किए गए हैं, उस एक कीर्ति चक्कर दिता जाएगा, 9 शौर्य चक्कर दिते जाएंगे, 65 सेना मैडल दिते जाएंगे, 4 नौ सेना मैडल दिते जाएंगे, तो 5 वायु सेना मैडल दिते जाएंगे, ये अपने याद रखना है। मोस्ट इंपोर्टेंट है कीर्ति चक्कर एंड शौर्य चक्कर याद रखने, किन्ने कीर्ति चक्कर, 9 कीर्ति चक्कर, सॉरी 1 कीर्ति चक्कर एंड 9 शौर्य चक्कर, ठीक है, एक कीर्ति चक्कर दिता जाएगा तो 9 शौर्य चक्कर दिते जाएंगे, 65 सेना मैडल एंड 4 नौ सेना मैडल, 5 वायु सेना मैडल, यह सीगा जो 84 अवार्ड दिते जाएंगे। उस दे विच जो कीर्ति चक्कर दिता जाएगा वह दिता जाएगा अब्दुल राशिद कलास, ठीक है, अब्दुल रशीद कालाज यह हैड कॉन्सटेबल सके जम्मू कश्मीर पुलिस के, ठीक है, जिन्होंने यह अवार्ड पोस्थॉमसली दिता जाएगा, ठीक है जी, इन्हों अवार्ड इन्हों मरण उपरांत दिता जा रहा है, अब्दुल रशीद कलास में इन्हों फैमिली मैंबर में ही दिता जाएगा। मोस्ट इंपोर्टेंट याद रखना है कि जो अपना कीर्ति चक्कर है वह किसी अनाउंस किया गया है, किसी दिता जाएगा, अब्दुल रशीद कलास इन्हों दिता जाएगा। नैक्सट देखो जो 9 शौर्य चक्कर अनाउंस किए गए हैं ऑन द इंडिपेंडेंस डे, ऑन द ईव ऑफ इंडिपेंडेंस डे ओनली थिर, ठीक है, 3 जो परसनल सके आर्मी परसनल उन्होंने यह अवार्ड दिए गए हैं, जो 6 शौर्य मैडल रेंदे ने वह ऑन द रिपब्लिक डे दिए जाएंगे, ठीक है, ऑन द ईव ऑफ रिपब्लिक डे दिए जाएंगे जनवरी के, बट एट प्रेजेंट ओनली 3 ही जो है यह शौर्य चक्कर दिता गया है। वो किड़े किड़े ने, ठीक है, जो 3 इंडियन आर्मी परसनल ने उन्हें लैफ्टिनेंट कर्नल कृष्ण सिंह रावत,
ठीक है, इन्हें गए लेफ्टिनेंट कर्नल कृष्ण सिंह रावत ते पैराशूट रेजिमेंट स्पैशल फोर्सिज ने उसके ठीक है लेफ्टिनेंट कर्नल ने गए कृष्णा सिंह रावत। उस तो इलावा मेजर अनिल उर्स, इन्हें मेजर अनिल उर्स ते मराठा लाइट इनफेंट्री दे ठीक है जी मेजर ने मेजर अनिल उर्स। नैक्सट है हवलदार अलोक कुमार दुबे, तो इन्हें हवलदार अलोक कुमार दुबे तो यह राजपूत रेजिमेंट 44th बटालियन द राष्ट्रीय राइफल्स इस दे हवलदार ने गए तो इन्हों शौर्य चक्कर दिता गया है ठीक है जी जो ऑन इंडिपेंडेंस डे। तो इस अलावा एयरफोर्स के ठीक है विशेक नायक इन्हों शौर्य चक्कर दिता गया है, यह विंग कमांडर ने इनका एयरफोर्स इन्हों शौर्य चक्कर दिता गया है। तो इंडियन आर्मी जो परसनल ने उन्होंने तीन ने जिन्हों जो अपना शौर्य चक्कर दिता गया है किड़े किड़े लैफ्टिनेंट कर्नल कृष्ण सिंह रावत मेजर अनिल उर्श एंड हवलदार अलोक कुमार दुबे इन्हों अवॉर्ड दिए गए ये अपने याद रखने ने। यह थोड़े करंट के नाल रिलेट करके सारा स्टैटिक के नाल रिलेट करके इस दे नाल ही अपना अज्जा लैक्चर कंप्लीट हुंदा है ठीक है। अगर तुहानू यह लैक्चर पसंद आया तो इसनू लाइक करो साडे चैनल नू सबसक्राइब करो ठीक है जी। सबसक्राइब करने तुसी इस रेड जो बैल है इसनू ठीक है प्रेस कर सकते हो। इस तो बाद तुहानू साडे नैक्सट जो फ्यूचर में आने वाले प्रोजेक्ट ने फ्यूचर में आने वाली वीडियोज़ ने उसकी नोटिफिकेशन अपने आप मिल जाया करेगी ठीक है। तो इस वीडियो में वध तो वध शेयर करो। थैंक यू।